ਦੇਖੋ, ਪਾਕਿਸਤਾਨ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਕਿ ਡਰੋਨ ਦੇ ਮਾਧਿਅਮ ਰਾਹੀਂ ਅਵੈਧ ਸਮੱਗਰੀ ਜਿਹੜੀ ਆ ਉਹ ਬਾਰਡਰ ਏਰੀਆ ਦੇ ਵਿੱਚ ਭੇਜਦਾ ਰਹੇ। ਪਰੰਤੂ ਮੈਂ ਵਾਰ ਵਾਰ ਇੱਕੋ ਗੱਲ ਕਹਿੰਦਾ ਹੁੰਦਾ ਕਿ BSF ਅਤੇ ਪੰਜਾਬ ਪੁਲਿਸ ਬਾਰਡਰ 'ਤੇ ਪੂਰੀ ਤਰ੍ਹਾਂ ਸਤਰਕ ਅਤੇ ਚੁਕੰਨੀ ਆ। ਇਸ ਲੜੀ ਦੇ ਵਿੱਚ ਅੱਜ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਆ, ਜਦੋਂ ਕਿ ਇੱਕ ਜਿਹੜਾ ਡਰੋਨ ਹੈ DJI ਮੈਟ੍ਰਿਕਸ ਜਿਹੜਾ ਇਹ ਰਿਕਵਰ ਹੋਇਆ ਮੇਡ ਇਨ ਚਾਈਨਾ। ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਕਿ ਕੱਲ੍ਹ ਮੀਆਂਵਾਲ ਉਤਾਰ ਦੇ ਵਿੱਚ 8:30 ਦੇ ਕਰੀਬ ਇੱਕ ਡਰੋਨ ਐਕਟੀਵਿਟੀ BSF ਵੱਲੋਂ ਨੋਟਿਸ ਦੇ ਵਿੱਚ ਆਈ। ਨੋਟਿਸ ਦੇ ਵਿੱਚ ਆਉਣ ਤੋਂ ਬਾਅਦ ਜਿਹੜੇ ਇਕਿਉਪਮੈਂਟ ਬਾਰਡਰ 'ਤੇ ਲੱਗੇ ਆ ਉਹ ਔਨ ਹੋ ਗਏ, ਅਤੇ ਉਸ ਤੋਂ ਉਪਰੰਤ ਜਿਹੜੀ ਆ ਸਰਚ ਆਪਰੇਸ਼ਨ ਕੀਤਾ ਗਿਆ। ਪਹਿਲਾਂ ਸਰਚ ਆਪਰੇਸ਼ਨ ਰਾਤ ਨੂੰ ਵੀ ਕੀਤਾ ਗਿਆ ਕਿਉਂਕਿ ਕਣਕ ਦੀ ਫਸਲ ਜਿਹੜੀ ਆ ਬਹੁਤ ਉੱਚੀ ਹੋ ਚੁੱਕੀ ਆ। ਰਾਤ 12:00 ਤੱਕ ਵੀ ਜਿਹੜਾ ਸਰਚ ਆਪਰੇਸ਼ਨ ਚੱਲਦਾ ਰਿਹਾ, ਅਤੇ ਸੁਬਹਾ ਫਿਰ ਜਿਹੜਾ ਅਰਲੀ ਮਾਰਨਿੰਗ ਤੋਂ BSF ਅਤੇ ਪੰਜਾਬ ਪੁਲਿਸ ਨੇ ਸਾਂਝਾ ਸਰਚ ਆਪਰੇਸ਼ਨ ਕੀਤਾ। ਇਸ ਸਾਂਝੇ ਸਰਚ ਆਪਰੇਸ਼ਨ ਦੇ ਵਿੱਚ ਜਿਹੜਾ ਆ ਡਰੋਨ ਰਿਕਵਰ ਹੋਇਆ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿੱਥੇ ਅਸੀਂ ਡਰੋਨ ਅਤੇ ਹੈਰੋਨ ਦੀ ਰਿਕਵਰੀ ਕਰ ਰਹੇ ਹਾਂ, ਉੱਥੇ ਡਰੋਨ ਨਾਲ ਰਿਲੇਟਡ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰ ਰਹੇ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਪਰਸੋਂ ਦੇ ਜਿਹੜੀ ਅਸੀਂ ਡੱਲ ਪਿੰਡ ਤੋਂ ਜਿੱਥੇ ਹੈਰੋਨ ਰਿਕਵਰ ਕੀਤੀ ਆ, ਉੱਥੇ ਡਰੋਨ ਐਕਟੀਵਿਟੀਆਂ ਦੇ ਵਿੱਚ ਸ਼ਾਮਿਲ ਜਿਹੜੇ ਆ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਆ। ਸੋ ਇਸ ਸੰਬੰਧੀ ਜਿਹੜਾ ਥਾਣਾ ਖੇਮਕਰਨ ਵਿਖੇ ਕੇਸ ਰਜਿਸਟਰ ਕਰ ਲਿਆ ਗਿਆ, ਇਹਦੀ ਟੈਕਨੀਕਲ ਤਰੀਕਿਆਂ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਊਗੀ, ਅਤੇ ਜਿਨ੍ਹਾਂ ਨੇ ਇਹ ਡਰੋਨ ਮੰਗਾਇਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਤੇ ਸਲਾਖਾਂ ਦੇ ਪਿੱਛੇ ਭੇਜਿਆ ਜਾਊਗਾ। ਮੈਂ ਜਿੱਥੇ ਲੋਕਾਂ ਦੇ ਸਹਿਯੋਗ ਦੀ ਸ਼ਲਾਘਾ ਵੀ ਕਰਦਾ ਅਤੇ ਅਪੀਲ ਵੀ ਕਰਦਾ ਕਿ ਆਓ ਆਪਾਂ ਆਪਣੇ ਪੰਜਾਬ ਨੂੰ, ਆਪਣੇ ਬਾਰਡਰ ਏਰੀਏ ਨੂੰ ਬਚਾਈਏ, ਅਤੇ ਸੱਚੀ ਸੁੱਚੀ ਇਤਲਾਹ BSF ਅਤੇ ਪੰਜਾਬ ਪੁਲਿਸ ਨੂੰ ਦੇਈਏ। ਅਤੇ ਜਿੱਥੇ ਇਸ ਇਤਲਾਹ ਦੇਣ ਦੇ ਬਦਲੇ ਜਿਹੜੇ ਨਗਦ ਇਨਾਮ ਮਾਨਯੋਗ DGP ਸਾਹਿਬ ਵੱਲੋਂ ਵੀ ਦਿੱਤੇ ਜਾਂਦੇ ਨੇ। ਸੋ ਜਿਹੜੇ ਇਸ ਡਰੋਨ ਐਕਟੀਵਿਟੀਜ਼ ਦੇ ਵਿੱਚ ਸ਼ਾਮਿਲ, ਗਤੀਵਿਧੀਆਂ ਦੇ ਵਿੱਚ ਸਮਗਲਿੰਗ ਦੇ ਵਿੱਚ ਸ਼ਾਮਿਲ ਨੇ, ਉਹ ਚੰਨ ਕੁ ਪੈਸਿਆਂ ਦੀ ਖਾਤਰ ਜਿਹੜੀਆਂ ਇਸ ਗਤੀਵਿਧੀਆਂ 'ਚ ਸ਼ਾਮਿਲ ਹੁੰਦੇ ਆ। ਪਰ ਮੈਂ ਦੱਸਣਾ ਚਾਹਾਂਗਾ, ਜਿੱਥੇ ਅਸੀਂ ਇਹਨਾਂ ਸਮਗਲਰਾਂ ਨੂੰ ਗ੍ਰਿਫਤਾਰ ਕਰਦੇ ਹਾਂ, ਉੱਥੇ ਉਹਨਾਂ ਦੀਆਂ ਬਣਾਈਆਂ ਅਵੈਧ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਵੀ ਜ਼ਬਤ ਕਰਦੇ ਹਾਂ। ਜੇ ਤਰਨ ਤਾਰਨ ਜ਼ਿਲ੍ਹੇ ਦੀ ਗੱਲ ਕਰੀਏ, ਤਾਂ 275 ਕਰੋੜ ਦੀ ਜਾਇਦਾਦ ਜਿਹੜੀ ਸਮਗਲਰਾਂ ਨੇ ਬਣਾਈ ਆ ਉਹ ਅਸੀਂ ਫਰੀਜ਼ ਕਰਾ ਚੁੱਕੇ ਹਾਂ, ਜਿਹਦੀ ਅਗਲੀ ਪ੍ਰੋਸੀਡਿੰਗ ਜਿਹੜੀ ਚੱਲ ਰਹੀ ਆ। ਜਿਹੜੇ ਹੁਣ ਗ੍ਰਿਫਤਾਰ ਕੀਤੇ ਆ ਉਹਨਾਂ ਦੀਆਂ ਵੀ ਪ੍ਰੋਸੀਡਿੰਗਾਂ ਚੱਲ ਰਹੀਆਂ ਨੇ। ਸੋ ਮੈਂ ਜਿੱਥੇ ਅਪੀਲ ਕਰਦਾ ਲੋਕਾਂ ਨੂੰ ਕਿ ਇਸ ਦੀ ਜਿਹੜੀ ਇਤਲਾਹ ਦੇਣ 'ਤੇ ਉਹਨਾਂ ਦਾ ਨਾਂ ਗੁਪਤ ਰੱਖਿਆ ਜਾਊਗਾ ਅਤੇ ਨਗਦ ਇਨਾਮ ਵੀ ਦਿੱਤੇ ਜਾਣਗੇ। ਉੱਥੇ ਮੈਂ ਤਾੜਨਾ ਕਰਦਾ ਇਸ ਗਤੀਵਿਧੀਆਂ 'ਚ ਸ਼ਾਮਿਲ ਕਾਲੀਆਂ ਭੇਡਾਂ ਨੂੰ ਕਿ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ।